ਭਾਵੇਂ ਕਿ ਸੰਗਤਾਂ ਦੀ ਆਮਦ ਜਿਹੜੀ ਸੀ ਉਹ ਘੱਟ ਸੀ ਕਿਉਂਕਿ ਕਰੋਨਾ ਵਾਇਰਸ ਦੇ ਕਾਰਨ ਜਿਹੜਾ ਜ਼ਰੂਰੀ ਸੀ ਉਸ ਮੁਤਾਬਕ ਸੰਗਤਾਂ ਨੇ ਭਾਵੇਂ ਆਪਣੇ ਘਰਾਂ ਦੇ ਵਿੱਚ ਬੈਠ ਕੇ ਸਤਿਗੁਰੂ ਸਾਹਿਬ ਜੀ ਨੂੰ ਆਪਣਾ ਜੋ ਸ਼ਰਧਾ ਭਰਿਆ ਅਕੀਦਾ ਹੈ ਉਹ ਅਰਪਣ ਕੀਤਾ ਹੈ। ਅੱਜ ਉੱਥੇ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਕਰਕੇ ਗੁਰੂ ਕੀ ਬਾਣੀ ਦੇ ਨਾਲ ਜੁੜ ਕੇ ਸੰਗਤਾਂ ਸਤਿਗੁਰੂ ਸਾਹਿਬ ਜੀ ਨੂੰ ਆਪਣਾ ਅਕੀਦਾ ਅਰਪਣ ਕਰ ਰਹੀਆਂ ਹਨ। ਸਮੁੱਚੀਆਂ ਸੰਗਤਾਂ ਨੂੰ ਸਾਹਿਬ ਸਤਿਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਬਹੁਤ ਬਹੁਤ ਵਧਾਈਆਂ।